ਸਾਡੀ ਪਰਮਾਤਮਾ ਦੇ ਨੇੜੇ ਆ ਜਾਂਦੀ ਹੈ ਚੰਗੇ ਕਰਮ ਕਰਕੇ ਸ਼ੁਭ ਗੁਣ ਕਰਕੇ ਤੇ ਸੁਰਤੀ ਸਾਡੀ ਮਾੜੇ ਕਰਮ ਕਰਕੇ ਵਿਸ਼ੇ ਵਿਕਾਰਾਂ ਵਾਲੇ ਕਰਮ ਕਰਕੇ ਮਾੜੇ ਕਰਮ ਕਰਕੇ ਤੇ ਦੂਰ ਚਲੀ ਜਾਂਦੀ ਪਰਮਾਤਮਾ ਤੋਂ ਸੋ ਖੇਡ ਸਾਰੀ ਸੁਰਤ ਦੀ ਹੈ ਤੇ ਧਿਆਨ ਦੀ ਹੈ ਇਹ ਧਿਆਨ ਦਾ ਮਾਰਗ ਆ ਬੜਾ ਸੂਖਮ ਬੜਾ ਬਰੀਕ ਰਸਤਾ ਆ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਇਹ ਬਹੁਤ ਭੀੜੀ ਗਲੀ ਆ ਤੇ ਦੇਖੋ ਆਪਣਾ ਹੁਣ ਮਨ ਹਾਥੀ ਬਣ ਚੁੱਕਿਆ ਤੇ ਹੁਣ ਹਾਥੀ ਜਿਹੜਾ ਮਨ ਆ ਉਹ ਉੱਥੋਂ ਨਹੀਂ ਨਾ ਲੰਘ ਸਕਦਾ ਇਹ ਬੜੀ ਬਰੀਕ ਗਲੀ ਹੈ ਜਿੱਥੋਂ ਦੀ ਲੰਘਣਾ ਪੈਣਾ ਆਪਾਂ ਨੂੰ ਇਹ ਮਨ ਜਿੱਥੋਂ ਲੰਘਣਾ ਹੈ ਨਾ ਉਹ ਬੜੀ ਸੂਖਮ ਆ ਉਹਦੇ ਰਾਈ ਦਸਵੇਂ ਭਾਏ ਮਨ ਤੋਂ ਮੈਗਲ ਹੋਏ ਰਹੇ ਹੋ ਕਿਉਂ ਕਰ ਨਿਕਸਿਓ ਜਾਏ ਮਨ ਤੇ ਹਾਥੀ ਬਣ ਗਿਆ ਉਹ ਤੇ ਰਾਈ ਸਰੋਂ ਦਾ ਜਿਹੜਾ ਦਾਣਾ ਉਹ ਤੋਂ ਵੀ ਦਸਵਾਂ ਹਿੱਸਾ ਛੋਟਾ ਵਾ ਬਰੀਕ ਰਸਤਾ ਹੈ ਜਿੱਥੋਂ ਦੀ ਇਸ ਸੁਰਤ ਨੇ ਲੰਘਣਾ ਵਾ ਤੇ ਮਨ ਤੇ ਹੰਕਾਰ ਨਾਲ ਬਣਿਆ ਪਿਆ ਹਾਥੀ ਸੋ ਇਸ ਕਰਕੇ ਸੂਖਮ ਤੋਂ ਸੂਖਮ ਹੋਮੇ ਜਿਹੜੀ ਅੰਦਰ ਤੁਹਾਡੇ ਆ ਨਾ ਉਹ ਵੀ ਇਸ ਮਾਰਗ 'ਤੇ ਬਹੁਤ ਵੱਡੀ ਰੁਕਾਵਟ ਆ ਮਾਲਕ ਦੇ ਮਿਲਾਪ ਵਿੱਚ ਸੋ ਮੈਂ ਭਾਈ ਸਾਹਿਬ ਜੀ ਆਪ ਜੀ ਨਾਲ ਇਹ ਵਿਚਾਰ ਸਾਂਝੀ ਕਰ ਰਿਹਾ ਸੀਗਾ ਕਿ ਜਿਹਨੂੰ ਦੇਖਿਆ ਨਹੀਂ ਉਹਦੇ ਨਾਲ ਪ੍ਰੇਮ ਨਹੀਂ ਪੈ ਸਕਦਾ ਆਪਣਾ ਜਿਹਨੂੰ ਤੁਸੀਂ ਦੇਖ ਲਿਆ ਉਹਦੇ ਨਾਲ ਤੁਹਾਡਾ ਸੰਬੰਧ ਜੁੜ ਜਾਣਾ ਉਹਦੇ ਨਾਲ ਪ੍ਰੇਮ ਵੀ ਪੈ ਜਾਣਾ ਅਤੇ ਉਹ ਧਿਆਨ ਵਿੱਚ ਆ ਮਾਲਕ ਵਾਹਿਗੁਰੂ ਪਰਮੇਸ਼ਰ ਜਿਹਨੂੰ ਲੱਭਦੇ ਫਿਰਦੇ ਆ ਨਾ ਸੱਚਖੰਡ ਸੇ ਨਿਰੰਕਾਰ ਕਰ ਕਰੇ ਵੇਖੇ ਨਦਰ ਨਿਹਾਲ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਇਹ ਸੱਚਖੰਡ ਹੀ ਆ ਗੁਰਮੁਖ ਪਿਆਰਿਓ ਪਰ ਇਹ ਤੁਹਾਨੂੰ ਮਿਲਣਾ ਉਦੋਂ ਆ ਜਦੋਂ ਸਾਧੂ ਕਿਸੇ ਪੂਰਨ ਸਾਧਾ ਸੰਗ ਪ੍ਰਾਪਤ ਹੋਇਆ ਉਹ ਤੋਂ ਪਹਿਲਾਂ ਨਹੀਂ ਮਿਲਣਾ ਹੈਗਾ ਤੁਹਾਡੇ ਸਾਹਮਣੇ ਹੁੰਦਾ ਹੋਇਆ ਵੀ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਮਾਲਕ ਤੁਹਾਡੇ ਸਾਹਮਣੇ ਆ ਤੁਹਾਨੂੰ ਸਵਾਸ ਦੇ ਕੇ ਪਾਲ ਰਿਹਾ ਪਰ ਉਹਨੂੰ ਨਹੀਂ ਦੇਖ ਰਹੇ ਆਪਾਂ ਇਹ ਤੋਂ ਵੱਡੀ ਕੀ ਸਾਡੀ ਕਹਿ ਲਓ ਕਿ ਮਾੜੇ ਕਰਮ ਹੋਣਗੇ ਕਿ ਮਾਲਕ ਸਾਨੂੰ ਸਵਾਸ ਦੇ ਕੇ ਪਾਲ ਰਿਹਾ ਸਾਹਮਣੇ ਸਾਨੂੰ ਜ਼ਿੰਦਾ ਰੱਖ ਰਿਹਾ ਅਤੇ ਸਾਡੇ ਸਾਹਮਣੇ ਆ ਪ੍ਰਕਾਸ਼ ਰੂਪ ਵਿੱਚ ਅਤੇ ਅਸੀਂ ਉਹਨੂੰ ਦੇਖ ਨਹੀਂ ਰਹੇ ਉਹ ਦੇਖ ਰਿਹਾ ਆਪਾਂ ਨਹੀਂ ਦੇਖ ਰਹੇ ਉਹਨੂੰ ਆਪਾਂ ਨਾ ਦੇਖਣ ਕਰਕੇ ਮਾੜੇ ਕਰਮ ਕਰ ਰਹੇ ਹਾਂ ਕਿ ਮੈਨੂੰ ਕਿਹੜਾ ਕੋਈ ਵੇਖ ਰਿਹਾ ਜਦੋਂ ਤੁਹਾਨੂੰ ਮਾਲਕ ਨਜ਼ਰ ਆਉਣ ਲੱਗ ਪਿਆ ਸਾਰੇ ਪਾਸੇ ਰਮਿਆ ਹੋਇਆ ਅਤੇ ਫਿਰ ਤੁਸੀਂ ਬੁਰਾ ਕਰਮ ਕਰਨ ਤੋਂ ਨਾ ਪਹਿਲਾਂ ਨਾ 100 ਵਾਰੀ ਸੋਚੋਗੇ ਕਿ ਮੇਰਾ ਮਾਲਕ ਮੈਨੂੰ ਦੇਖ ਰਿਹਾ ਹਰ ਥਾਂ 'ਤੇ ਸੋ ਇਹ ਵਿਚਾਰ ਆ ਗੁਰਮੁਖ ਪਿਆਰਿਓ ਦਾਸ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਮਾਲਕ ਦੀ ਦਇਆ ਸਦਕਾ ਨਾ ਵਾਹਿਗੁਰੂ ਪਰਮੇਸ਼ਰ ਦੀ